ਫਿਲੌਰ ਨਜ਼ਦੀਕ ਪਿੰਡ ਹਰੀਪੁਰ ਖਾਲਸਾ ਵਿਖੇ ਰਿਸ਼ੀ ਠਾਕਰ ਦਾਸ ਪ੍ਰਬੰਧਕ ਕਮੇਟੀ NRI ਵੀਰਾਂ ਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਮੈਡੀਕਲ ਕੈਂਪ ਕਰਾਇਆ ਗਿਆ। ਇਸ ਮੈਡੀਕਲ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੀ ਟੀਮ ਵੱਲੋਂ ਲੋਕਾਂ ਦਾ ਚੈੱਕਅਪ ਕੀਤਾ ਗਿਆ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਬੱਸ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ। ਕੈਂਪ ਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਵਰਲਡ ਕੈਂਸਰ ਕੇਅਰ ਵੱਲੋਂ ਕਰਾਇਆ ਜਾ ਰਿਹਾ, ਜਿਸ ਦੇ ਵਿੱਚ ਸਾਡੇ NRI ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਨਾਲ ਹੀ ਨਾਲ ਰਿਸ਼ੀ ਠਾਕਰ ਦਾ ਪ੍ਰਬੰਧਕ ਕਮੇਟੀ ਔਰ ਨਗਰ ਪੰਚਾਇਤ ਔਰ ਹਰੀਪੁਰ ਖਾਲਸਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਹਿਯੋਗ ਦੇ ਨਾਲ ਇਹ ਵਰਲਡ ਕੈਂਸਰ ਕੇਅਰ ਦਾ ਜੋ ਚੈਰੀਟੇਬਲ ਹੋਸਪਿਟਲ ਵੱਲੋਂ ਕਰਾਇਆ ਜਾ ਰਿਹਾ, ਜਿਸ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਆ ਔਰ ਜਨਰਲ ਬਿਮਾਰੀਆਂ ਵਾਸਤੇ ਵੀ ਇਹਦੇ ਵਿੱਚ ਫ੍ਰੀ ਮੈਡੀਕਲ ਜਿਹੜਾ ਚੈੱਕਅਪ ਕੀਤੀ ਜਾ ਰਹੀ ਹੈ ਔਰ ਇਸ ਦੇ ਵਿੱਚ ਫ੍ਰੀ ਜਿਹੜੀਆਂ ਦਵਾਈਆਂ ਆ ਉਹ ਬਿਨਾਂ ਕਿਸੇ ਗੱਲਬਾਤ ਤੋਂ ਦਿੱਤੀਆਂ ਜਾ ਰਹੀਆਂ ਆ। ਇਸ ਕਰਕੇ ਲਾਗੇ ਛਾਗੇ ਦੂਰ ਦੂਰ ਤੋਂ ਵੀ ਇਸ ਵਿੱਚ ਦੂਰੋਂ ਨੇੜੇ ਸਾਰੇ ਪਿੰਡਾਂ ਦੇ ਨਿਵਾਸੀ ਸੱਜਣ ਇਸ ਵਿੱਚ ਪਹੁੰਚੇ ਆ ਔਰ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ, ਕਿਉਂਕਿ ਇਹ ਜਿੰਨੀ ਵੀ ਕੈਂਸਰ ਦੀ ਬਿਮਾਰੀ ਖਾਸ ਕਰਕੇ ਉਹਦੇ ਬਾਰੇ ਇਹ ਜ਼ਿਆਦਾ ਵਰਲਡ ਕੈਂਸਰ ਕੇਅਰ ਵੱਲੋਂ ਲਵਾਇਆ ਜਾ ਰਿਹਾ ਆ। ਉਹਨਾਂ ਨੇ ਇਸ ਬਾਰੇ ਕੈਂਸਰ ਦੀ ਜੋ ਹੈ ਇਸ ਵੇਲੇ ਜੋ ਬਿਮਾਰੀ ਹੈ ਲਗਾਤਾਰ ਫੈਲਦੀ ਜਾ ਰਹੀ ਹੈ ਉਹਦੇ ਰੋਕਥਾਮ ਲਈ ਤਾਂ ਕਿ ਇਹਨੂੰ ਰੋਕਿਆ ਜਾ ਸਕੇ, ਕਿਉਂਕਿ ਕੈਂਸਰ ਦਾ ਜੇ ਪਹਿਲੀ ਸਟੇਜ 'ਤੇ ਰੋਕਥਾਮ ਕੀਤੀ ਜਾਵੇ ਤਾਂ ਉਹ ਬਿਲਕੁਲ ਇਲਾਜ ਹੈਗਾ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।